ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਕ ਪਟਨ ਦੀ ਧਰਤੀ ਤੇ ਗਏ ਨੇ ਨਾ, ਜਾਂਦੇ ਹੋ ਥੋੜੇ ਸਮੇਂ ਜੀ ਆਪਾਂ ਸਮਾਪਤੀ ਕਰਨੀ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ। ਸੰਗਤਾਂ ਦੂਰ ਦੁਰਾਡਿਆਂ ਤੋਂ ਆਈਆਂ, ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ, ਪਰ ਧਿਆਨ ਦਿਓ ਥੋੜਾ ਜਿਹਾ ਸਮਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਕ ਪਟਨ ਦੀ ਧਰਤੀ ਤੇ ਜਦੋਂ ਮਹਾਰਾਜ ਬੈਠੇ ਤੇ ਭਾਈ ਮਰਦਾਨਾ ਕਹਿੰਦਾ ਮਹਾਰਾਜ ਮੈਨੂੰ ਭੁੱਖ ਲੱਗੀ, ਛਕਣ ਨੂੰ ਦਿਓ ਕੁਛ। ਸੱਚੇ ਪਾਤਸ਼ਾਹ ਆਖਣ ਲੱਗੇ ਮਰਦਾਨਿਆ ਰਬਾਬ ਵਜਾ, ਬਾਣੀ ਆਈ। ਕਹਿੰਦਾ ਮਹਾਰਾਜ ਫੇਰ ਵਜਾਵਾਂਗੇ, ਪਹਿਲਾਂ ਕਿਰਪਾ ਕਰ ਦਿਓ, ਮੈਂ ਆਹਾਰ ਕਰਨਾ, ਮੈਨੂੰ ਕਿਰਪਾ ਕਰੋ ਦਿਓ ਕੁਛ। ਮਹਾਰਾਜ ਨੇ ਧਰਤੀ ਚ ਪੈਰ ਮਾਰਿਆ ਤੇ ਆਖਣ ਲੱਗੇ, ਕਹਿੰਦੇ ਮਰਦਾਨਿਆ ਵੇਖ ਕੁਛ ਵਿਖਦਾ ਭਾਈ, ਇਹ ਤੈਨੂੰ ਦਿਸਦਾ ਕੁਛ ਧਰਤੀ ਚ? ਰੇਤੇ ਚ ਪੈਰ ਮਾਰਿਆ, ਕਹਿੰਦਾ ਮਹਾਰਾਜ ਹੀਰੇ ਨਜ਼ਰ ਆਉਂਦੇ। ਸਤਿਗੁਰੂ ਆਖਣ ਲੱਗੇ, ਕਹਿੰਦੇ ਗੱਲ ਸੁਣ, ਇੱਕ ਹੀਰਾ ਚੁੱਕ ਲੈ ਬਾਕੀਆਂ ਤੇ ਮਿੱਟੀ ਪਾ ਦੇ। ਕਈ ਨੇ ਕਹਿੰਦਾ ਮਹਾਰਾਜ, ਮਹਾਰਾਜ ਕਹਿੰਦੇ ਇੱਕ ਚੁੱਕ ਲੈ ਬਾਕੀਆਂ ਤੇ ਮਿੱਟੀ ਪਾ ਦੇ। ਉਹਨੇ ਇੱਕ ਹੀਰਾ ਚੁੱਕਿਆ, ਚੁੱਕ ਕੇ ਮਹਾਰਾਜ ਕਹਿੰਦੇ ਹੀਰਾ ਹੈ ਜੀ ਮਹਾਰਾਜ, ਮਹਾਰਾਜ ਹੁਣ ਕੀ ਕਰਨਾ? ਕਹਿੰਦੇ ਇਹਨੂੰ ਲੈ ਜਾ, ਜਾਂਦੇ ਹੋ ਇਸ ਹੀਰੇ ਨੂੰ ਲੈ ਜਾ, ਬਾਜ਼ਾਰ ਵਿੱਚ ਵੇਚ ਕੇ ਤੇ ਆਪਣਾ ਆਹਾਰ ਕਰ ਲੈ। ਕਹਿੰਦਾ ਸਤ ਬਚਨ। ਮਹਾਰਾਜ ਕਹਿੰਦੇ ਹੀਰਾ ਲੈ ਤਾਂ ਚੱਲਿਆ, ਪਰ ਇਹ ਚੇਤੇ ਰੱਖੀ ਵੀ ਹੈ ਬੜਾ ਮਹਿੰਗਾ, ਕੋਡੀਆਂ ਦੇ ਭਾਅ ਨਾ ਵੇਚ ਆਈ ਕਿਤੇ, ਓਦਾਂ ਹੀ ਕਿਸੇ ਨੂੰ ਦੇ ਆਏ, ਕੀਮਤ ਬੜੀ ਹੈ ਇਹਦੀ, ਅਸਲੀ ਹੀਰਾ ਹੈ। ਕਹਿੰਦਾ ਸਤ ਬਚਨ। ਉਹਨੇ ਹੀਰਾ ਚੁੱਕਿਆ, ਬਾਜ਼ਾਰ 'ਚ ਚੱਲਿਆ ਗਿਆ। ਸਰ ਸੰਗਤ ਜੀ, ਕੱਪੜਿਆਂ ਵਾਲੇ ਦੀ ਦੁਕਾਨ 'ਤੇ ਗਿਆ, ਜਾ ਕੇ ਕਹਿੰਦਾ ਹੈ, ਕਹਿੰਦਾ ਜੀ ਹੀਰਾ ਵੇਚਣਾ। ਹੁਣ ਕੱਪੜਿਆਂ ਵਾਲੇ ਨੂੰ ਕੀ ਪਤਾ ਵੀ ਕੀਮਤ ਹੀਰੇ ਦੀ ਕੀ ਹੁੰਦੀ। ਉਹਨੇ ਵੇਖਿਆ ਐਂ ਚਮਕ ਦਮਕ ਬੜੀ ਸੋਹਣੀ ਲਿਸ਼ਕਦਾ ਹੈ, ਕੱਪੜਿਆਂ ਵਾਲੇ ਨੇ ਕਹਿੰਦਾ ਇੱਕ ਰੁਪਈਆ ਮੁੱਲ ਪਾਵਾਂਗੇ। ਉਹ ਕਹਿੰਦਾ ਇੱਕ ਰੁਪਈਆ? ਮਹਾਰਾਜ ਤਾਂ ਕਹਿੰਦੇ ਸੀ ਬਹੁਤ ਮਹਿੰਗਾ। ਕਹਿੰਦੇ ਨਾ ਨਾ ਇੰਨਾ ਹੀ ਮੁੱਲ ਪੈਣਾ। ਹੀਰਾ ਵਾਪਸ ਲੈ ਕੇ ਕਹਿੰਦਾ ਕੋਈ ਨੀ, ਅੱਗੇ ਚਲਿਆ ਗਿਆ। ਪੰਸਾਰੀ ਦੀ ਦੁਕਾਨ ਤੇ ਗਿਆ, ਪੰਸਾਰੀ ਨੂੰ ਕਹਿੰਦਾ ਮੈਂ ਹੀਰਾ ਵੇਚਣਾ, ਆ ਲਓ। ਪੰਸਾਰੀ ਨੇ ਇੰਨੀ ਗ੍ਰਸਤ ਪਾਤੀ, ਕੱਪੜਿਆਂ ਵਾਲੇ ਨੇ ਇੱਕ ਰੁਪਈਆ ਮੁੱਲ ਪਾਇਆ, ਪੰਸਾਰੀ ਨੇ ਇੰਨੀ ਗ੍ਰਸਤ ਪਾਈ। ਕਹਿੰਦਾ ਭਾਈ ਲੈ ਜਾ ਫੜ। ਕਹਿੰਦਾ ਇਹ ਰਸਤ, ਭਾਈ ਮਰਦਾਨਾ ਜੀ ਕਹਿੰਦੇ ਰਸਤ ਕਿੰਨੇ ਦੀ ਏ? ਕਹਿੰਦੇ 2 ਰੁਪਈਏ ਦੀ। ਕਹਿੰਦਾ ਫਰਕ ਤਾਂ ਕੋਈ ਨੀ ਪਿਆ, ਪਹਿਲਾਂ 1 ਰੁਪਈਆ ਕਹਿੰਦਾ ਸੀ, ਹੁਣ 2 ਰੁਪਈਏ ਮਿਲਣ ਲੱਗ ਗਏ। ਕਹਿੰਦਾ ਬਾਈ ਮੈਂ ਨੀ ਲੈਣਾ, ਲਿਆ ਮੇਰਾ ਵਾਪਸ ਕਰ ਦੇ ਹੀਰਾ। ਫੇਰ ਚਲਿਆ ਗਿਆ ਮਠਿਆਈ ਵਾਲੇ ਕੋਲ, ਬਣਿਆ ਬਣਾਇਆ ਕਹਿੰਦਾ ਭੋਜਨ ਛਕ ਲੈਂਦੇ ਹਾਂ। ਮਠਿਆਈ ਵਾਲੇ ਨੂੰ ਜਾ ਕੇ ਕਹਿੰਦਾ ਹੈ, ਕਹਿੰਦਾ ਆ ਲਓ ਮਹਾਰਾਜ ਮੈਂ ਹੀਰਾ ਵੇਚਣਾ ਹੈ। ਮਠਿਆਈ ਵਾਲਾ ਜਦੋਂ ਹੀਰਾ ਫੜਿਆ, ਉਹਨੇ ਵੇਖਿਆ ਵੀ ਇੰਨਾ ਸੋਹਣਾ ਹੈ ਤਾਂ ਮੋਤੀ, ਪਤਾ ਨਹੀਂ ਸੀ ਨਾ ਵੀ ਕੀ ਕੀਮਤ ਹੈ ਸੋਹਣਾ। ਉਹ ਲਿਆ ਭਾਈ, ਜਦੋਂ ਹੀਰਾ ਫੜ ਲਿਆ ਉਹਨੇ ਨਾ ਇੰਨੀ ਕੁ ਮਠਿਆਈ ਪਾਤੀ, ਕਹਿੰਦਾ ਆਹ ਵਧੀਆ ਕੰਮ। ਭਾਈ ਮਰਦਾਨਾ ਕਹਿੰਦਾ ਵੀ ਮਠਿਆਈ ਮਿਲ ਗਈ, ਛਕਾਂਗੇ, ਆਹਾਰ ਹੋ ਜਾਏਗਾ। ਪੁੱਛਦਾ ਹੈ, ਉਹ ਕਹਿੰਦਾ ਗੱਲ ਸੁਣੋ ਭਾਈ ਸਾਹਿਬ, ਹਲਵਾਈ ਨੂੰ ਪੁੱਛਦਾ ਇਹ ਕੀ ਕੀਮਤ ਹੈ ਇੰਨੀ ਕੁ ਮਠਿਆਈ ਦੀ? ਉਹ ਕਹਿੰਦਾ 2.5 ਰੁਪਈਆਂ ਦੀ ਮਠਿਆਈ ਹੈ ਜਿਹੜੀ ਤੈਨੂੰ ਦਿੱਤੀ ਹੈ। ਕਹਿੰਦਾ ਗੱਲ ਸੁਣ, 1 ਰੁਪਈਆ ਫਿਰ 2 ਰੁਪਈਏ ਮੁੱਲ ਪਏ, ਇਹਦਾ ਮਤਲਬ ਹੀਰੇ ਦਾ ਮੁੱਲ 2.5 ਰੁਪਈਏ ਸਾਰਾ? ਕਹਿੰਦਾ ਇੰਨਾ ਹੀ ਹੈ, ਹੋਰ ਕਿੰਨਾ ਪਏਗਾ? ਕਹਿੰਦਾ ਨਾ ਬਈ, ਮੇਰੇ ਮਹਾਰਾਜ ਨੇ ਤਾਂ ਕਿਹਾ ਸੀ ਵੀ ਬੜਾ ਮਹਿੰਗਾ,
ਇਹ ਤਾਂ ਬਹੁਤ ਮਹਿੰਗਾ, ਮੈਂ ਨਹੀਂ ਦੇਣਾ, ਲਿਆ ਮੇਰਾ ਹੀਰਾ ਮੈਂ ਲੈ ਜਾ ਵਾਪਸ। ਆਪਦਾ ਹੀਰਾ ਨਾ ਜਦੋਂ ਗੁਰੂ ਸਾਹਿਬ ਕੋਲ, ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਲੈ ਕੇ ਕਹਿੰਦਾ ਮਹਾਰਾਜ ਤੁਸੀਂ ਤਾਂ ਕਹਿੰਦੇ ਸੀ ਬੜਾ ਮਹਿੰਗਾ ਹੀਰਾ। ਕਹਿੰਦੇ ਅੱਛਾ, ਫੇਰ ਕਹਿੰਦਾ ਕੋਈ 1 ਰੁਪਈਆ ਮੁੱਲ ਪਾਉਂਦਾ, ਕੋਈ 2 ਰੁਪਈਏ, ਕੋਈ 2.5 ਰੁਪਈਏ, ਇਦੋਂ ਵੱਧ ਤਾਂ ਮੁੱਲ ਹੀ ਨਹੀਂ ਦਿੰਦਾ ਕੋਈ, ਤੁਸੀਂ ਕਹਿੰਦੇ ਸੀ ਬਹੁਤ ਕੀਮਤੀ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਮਰਦਾਨਿਆ ਕਿੱਥੇ ਲੈ ਗਿਆ ਸੈਂ? ਕਹਿੰਦਾ ਮਹਾਰਾਜ ਮੈਂ ਕੱਪੜਿਆਂ ਵਾਲੇ ਦੀ ਦੁਕਾਨ ਤੇ ਗਿਆ, ਪੰਸਾਰੀ ਕੋਲ ਗਿਆ, ਮਠਿਆਈ ਵਾਲਿਆਂ ਕੋਲ ਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਗੱਲ ਸੁਣੋ ਮਰਦਾਨਿਆ, ਉਹ ਜਿਹੜੇ ਕੋਟੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ, ਜਿਹੜੇ ਕੋਟੀਆਂ ਖਰੀਦਣ ਵਾਲੇ ਲਾਲਾ ਦੀ ਨਾ ਸਾਰ ਜਾਣਦੇ, ਕੱਪੜਿਆਂ ਵਾਲੇ ਕੋਈ ਹਲਵਾਈ ਵਾਲਾ ਇਹ ਥੋੜੀ ਪਛਾਣੇਗਾ, ਮਾਰੇ ਹੋਰ ਕਿੱਥੇ ਲੈ ਕੇ ਜਾਵਾਂ? ਕਹਿੰਦੇ ਗੱਲ ਸੁਣ ਮਰਦਾਨਿਆ, ਇਸ ਹੀਰੇ ਨੂੰ ਪਛਾਣੇਗਾ ਕੋਈ ਜੋਰੀ, ਜੋਰੀ ਕੋਲ ਲੈ ਕੇ ਜਾ, ਉਹ ਮੁੱਲ ਪਾਏਗਾ ਇਹਦਾ। ਸੁਣਿਆ ਹੁਣ ਫੇਰ ਭਾਈ ਮਰਦਾਨਾ ਬਾਜ਼ਾਰ ਚ ਗਿਆ, ਛੇੜੋ ਨਾ ਬਈ, ਬਹੁਤ ਸੋਹਣੀ ਸੈਟ ਹੈ। ਭਾਈ ਮਰਦਾਨਾ ਜਦੋਂ ਫੇਰ ਬਾਜ਼ਾਰ ਚ ਗਿਆ, ਜਾ ਕੇ ਨਾ ਪੁੱਛਦਾ ਫਿਰਦਾ ਹੈ, ਕਹਿੰਦੇ ਜੀ ਕੋਈ ਜੋਰੀ ਦੀ ਦੁਕਾਨ ਦੱਸੋ। ਕਿਸੇ ਨੇ ਦੱਸਿਆ, ਕਹਿੰਦੇ ਉਹ ਸਾਹਮਣੇ ਚੱਲਿਆ ਜਾ, ਸਾਲਸਰਾਏ ਜੋਰੀ ਰਹਿੰਦਾ, ਉਹਦੀ ਦੁਕਾਨ ਜਾ ਚੱਲਿਆ। ਭਾਈ ਮਰਦਾਨਾ ਜੀ ਜਦੋਂ ਗਏ, ਹੀਰਾ ਚੁੱਕਿਆ ਆਪਣਾ, ਧਿਆਨ ਦਿਓ, ਹੀਰਾ ਹੱਥ ਚ ਫੜਿਆ ਤੇ ਕਹਿੰਦੇ ਜਾ ਕੇ ਕਹਿੰਦੇ ਨੇ, ਕਹਿੰਦੇ ਜੋਰੀ ਜੀ ਅੰਦਰ ਹੀ ਹੋ? ਕਹਿੰਦੇ ਹਾਂ। ਆ ਜਾ ਭਾਈ, ਕੌਣ ਹੈ? ਕਹਿੰਦਾ ਮੈਂ ਰਬਾਬੀ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਬਾਬ ਵਜਾਉਣਾ, ਰੱਬ ਆਪ ਧਰਤੀ ਤੇ ਆਇਆ। ਕਹਿੰਦਾ ਅੱਛਾ, ਦੱਸ ਮੇਰੇ ਕੋਲ ਕੀ ਕੰਮ ਕਰਨਾ ਹੈ, ਇੱਥੇ ਕੀ ਤੈਨੂੰ ਕੰਮ ਹੈ? ਕਹਿੰਦਾ ਜੀ ਆ ਮੈਂ ਹੀਰਾ ਵੇਚਣਾ ਹੈ। ਸੁਣਿਓ, ਮੈਂ ਹੀਰਾ ਵੇਚਣਾ ਹੈ, ਖਰੀਦ ਲਓਗੇ? ਜੋਰੀ ਨੇ ਨਾ ਜਦੋਂ ਹੀਰਾ ਫੜਿਆ, ਸਤਸੰਗ ਜੀ ਵੇਖਦਿਆਂ ਸਾਰ ਹੀਰੇ ਨੂੰ ਐਂ ਮੱਥੇ ਦੇ ਨਾਲ ਲਾਉਣ ਲੱਗ ਗਿਆ, ਮੱਥਾ ਟੇਕਣ ਲੱਗ ਗਿਆ। ਉਹਨੂੰ ਕਹਿੰਦਾ ਐਂ ਕਰ, ਆ ਚੱਲੀਏ ਮੇਰੇ ਘਰ ਚੱਲ। ਸਾਲਸਰਾਏ ਜੋਰੀ ਉਹਨੂੰ ਨਾਲ ਲੈ ਗਿਆ ਭਾਈ ਮਰਦਾਨੇ ਨੂੰ। ਜਦੋਂ ਘਰ ਗਏ, ਆਪਦੀ ਹਵੇਲੀ ਚ ਭਾਇਆ, ਜਲ ਪਾਣੀ ਛਕਾਇਆ, ਕਹਿੰਦਾ ਇੱਥੇ ਬਹਿ, ਤੂੰ ਮੈਂ ਆਇਆ। ਸਾਲਸਰਾਏ ਜੋਰੀ ਨੇ ਆਪਣੇ ਪਰਿਵਾਰ ਨੂੰ ਰੱਜ ਰੱਜ ਕੇ ਦਰਸ਼ਨ ਕਰਾਏ ਉਸ ਹੀਰੇ ਦੇ, ਸਭ ਨੇ ਦਰਸ਼ਨ ਕੀਤੇ, ਆਪ ਵੀ ਕੀਤੇ। ਆਪਣੇ ਅੰਦਰੋਂ 100 ਰੁਪਈਆ ਕੱਢ ਕੇ ਲਿਆਇਆ, ਉਹਨਾਂ ਵੇਲਿਆਂ ਦਾ ਅੱਜ ਦਾ 2 ਲੱਖ ਬਣਦਾ ਹੈ 100 ਰੁਪਈਆ। ਜਦੋਂ ਐਂ ਕੱਢ ਕੇ ਲਿਆਇਆ ਨਾ, ਭਾਈ ਮਰਦਾਨਾ ਬਾਹਰ ਬੈਠਾ,
ਭਾਈ ਮਰਦਾਨੇ ਦੀ ਤਲੀ ਤੇ ਧਰਤਾ 100 ਰੁਪਈਆ, ਆ ਲੈ ਬਾਈ ਲੈ ਜਾ। ਭਾਈ ਮਰਦਾਨਾ 100 ਰੁਪਈਆ ਵੇਖ ਕਹਿੰਦਾ ਇੰਨੇ ਪੈਸੇ? ਕਹਿੰਦਾ ਸੱਚ ਕਹਿੰਦੇ ਸੀ ਮਹਾਰਾਜ, ਕੋਈ ਜੋਰੀ ਪਛਾਣੇਗਾ? ਕਹਿੰਦਾ ਵਾਕਈ ਤਾਂ ਕਦਰੀ ਹੈ ਨਹੀਂ। ਭਾਈ ਮਰਦਾਨਾ 100 ਰੁਪਈਆ ਲੈ ਕੇ ਜਦੋਂ ਜਾਣ ਲੱਗਿਆ, ਸਾਲਸ ਰਾਏ ਜੋਰੀ ਪਿੱਛੋਂ ਆਵਾਜ਼ ਮਾਰਦਾ ਕਹਿੰਦਾ ਮਰਦਾਨਿਆ, ਕੱਲਾ ਪੈਸੇ ਨਾ ਲੈ ਕੇ ਜਾ, ਆ ਹੀਰਾ ਵੀ ਨਾਲ ਲੈ ਜਾ, ਆਪਦਾ ਲਾਲ ਵੀ ਲੈ ਜਾ। ਕਹਿੰਦਾ ਕਿਉਂ, ਕੀ ਗੱਲ ਪਸੰਦ ਨਹੀਂ ਆਇਆ ਮੇਰੇ ਹੀਰੇ 'ਚ? ਕੋਈ ਤੈਨੂੰ ਘਾਟ ਲੱਗਦੀ ਕੋਈ? ਕਹਿੰਦਾ ਹੀਰੇ ਪਸੰਦ ਦੀ ਗੱਲ ਨਹੀਂ ਮਰਦਾਨਿਆ, ਇਹ ਜਿਹੜਾ ਤੂੰ ਹੀਰਾ, ਅਸੀਂ ਕੀਮਤ ਥੋੜੀ ਦਿੱਤੀ ਇਹਦੀ, ਮੁੱਲ ਥੋੜੀ ਲਾਇਆ ਹੀਰੇ ਦਾ। ਕਹਿੰਦਾ ਹੋਰ ਕੀ? ਭਾਈ ਮਰਦਾਨੇ ਨੂੰ ਸਾਲਸ ਰਾਏ ਜੋਰੀ ਕਹਿੰਦਾ ਹੈ ਜਿਹੜਾ ਤੈਨੂੰ ਹੀਰਾ ਹੀਰੇ ਦਾ 100 ਰੁਪਈਆ ਦਿੱਤਾ ਹੈ, ਇਹ ਕੀਮਤ ਨਹੀਂ, ਭੇਟਾ ਨਹੀਂ, ਇਹ ਤਾਂ ਇਸ ਹੀਰੇ ਦੇ ਦਰਸ਼ਨ ਕਰਨ ਦੀ ਭੇਟਾ, ਦਰਸ਼ਨੀ ਭੇਟਾ ਦਿੱਤੀ, ਕੀਮਤ ਨਹੀਂ ਇਹਦੀ ਕੋਈ ਵੀ। ਕਹਿੰਦਾ ਕੀਮਤ ਕਿੰਨੀ? ਕਹਿੰਦਾ ਗੱਲ ਸੁਣ, ਕਈ ਜੋਰੀ ਪਾਕ ਪਟਣ ਦੀ ਧਰਤੀ ਦੇ ਇਕੱਠੇ ਹੋ ਕੇ ਜੇ ਕੀਮਤ ਚੁਕਾਉਣ ਲੱਗੀਏ ਤਾਂ ਵੀ ਕੀਮਤ ਨਹੀਂ ਦੇ ਸਕਦੇ, ਐਡਾ ਮਹਿੰਗਾ ਹੀਰਾ ਏ। ਕਹਿੰਦਾ ਅੱਛਾ, ਤਾਂ ਹੀ ਸਤਿਗੁਰੂ ਕਹਿੰਦੇ ਸੀ ਹੀਰਾ ਵੀ ਮਿਲ ਗਿਆ, ਪੈਸੇ ਵੀ ਮਿਲ ਗਏ, ਇੰਨੇ ਚਾਅ ਚਾਅ 'ਚ ਭੱਜਿਆ ਜਾਂਦਾ ਹੈ। ਗੁਰੂ ਸਾਹਿਬ ਨੂੰ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਇੰਨਾ ਖੁਸ਼। ਕਹਿੰਦਾ ਮਹਾਰਾਜ ਅੱਜ ਤਾਂ ਕਮਾਲ ਹੀ ਹੋ ਗਈ। ਕਹਿੰਦੇ ਕੀ? ਕਹਿੰਦਾ ਮਹਾਰਾਜ ਤੁਹਾਡੇ ਵਚਨ ਸੱਚੇ ਹੋ ਗਏ, ਉਹ ਆਹ ਵੇਖੋ। ਕਹਿੰਦਾ ਹੀਰਾ ਵੀ ਮਿਲ ਗਿਆ ਤੇ 100 ਰੁਪਈਆ। ਮਹਾਰਾਜ ਕਹਿੰਦੇ ਕਿਵੇਂ? ਕਹਿੰਦਾ ਸਤਿਗੁਰੂ ਸਾਲਸ ਰਾਏ ਜੋਰੀ ਕੋਲ ਲੈ ਗਿਆ ਸੀ, ਉਹ ਮੈਨੂੰ ਆਪਣੇ ਘਰ ਲੈ ਗਿਆ ਤੇ ਉਹ ਕਹਿੰਦਾ ਹੈ ਕਈ ਜੋਰੀ ਇਕੱਠੇ ਹੋ ਕੇ ਇਹਦੀ ਕੀਮਤ ਚੁਕਾਈਏ, ਫਿਰ ਵੀ ਦੇ ਨਹੀਂ ਸਕਦੇ ਅਸੀਂ ਕੀਮਤ, ਕਿ ਜਿਹੜਾ 100 ਰੁਪਈਆ ਦਿੱਤਾ ਇਹ ਤਾਂ ਦਰਸ਼ਨ ਕਰਨ ਦੀ ਭੇਟਾ ਹੈ। ਪਤਾ ਕੀ ਕਹਿੰਦਾ ਭਾਈ ਮਰਦਾਨਾ? ਕਹਿੰਦਾ ਮਹਾਰਾਜ ਮੌਜਾਂ ਲਾ ਗਈਆਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਗੱਲ ਸੁਣ, ਦਿਨ ਰਾਤ ਪ੍ਰਚਾਰ ਕਰਦੇ ਆ, ਪਰਾਇਆ ਹੱਕ ਨਹੀਂ ਖਾਣਾ, ਪਰਾਇਆ ਹੱਕ ਨਹੀਂ ਖਾਣਾ। ਉਹ ਗੱਲ ਸੁਣ, ਤੂੰ 100 ਰੁਪਈਆ ਲੈ ਕੇ ਆ ਗਿਆ, ਹੀਰਾ ਵੀ ਨਾਲ ਲੈ ਕੇ ਆ ਗਿਆ, ਸਾਨੂੰ ਨੀ ਕਿਸੇ ਦੀ ਮਾਇਆ ਮਨਜ਼ੂਰ, ਦੁਬਾਰਾ ਚਲਿਆ ਜਾ। ਜੋਰੀ ਨੂੰ ਕਹਿ ਜੇ ਤਾਂ ਹੀਰਾ ਰੱਖੇਗਾ ਫਿਰ ਆ 100 ਰੁਪਈਆ ਪ੍ਰਵਾਨ ਨਹੀਂ ਅਸੀਂ ਨਹੀਂ ਰੱਖਣਾ, ਜਾ ਮੋੜ ਕੇ ਆ ਵਾਪਸ ਕਰ। ਉਹਨੀ ਪੈਰੀ ਵਾਪਸ ਚਲਿਆ ਗਿਆ ਭਾਈ ਮਰਦਾਨਾ। ਜਾ ਕੇ ਹਵੇਲੀ ਦਾ ਦਰਵਾਜ਼ਾ ਖੜਕਾਉਂਦਾ ਹੈ, ਉਹ ਜੋਰੀਆ ਛੇਤੀ ਬਾਹਰ ਆ। ਜਦੋਂ ਜੋਰੀ ਬਾਹਰ ਆਇਆ ਕਹਿੰਦਾ ਜੀ ਦੱਸੋ। ਭਾਈ ਮਰਦਾਨਾ ਜੀ ਹੱਥ ਵਿੱਚ ਫੜਿਆ 100 ਰੁਪਈਆ, ਕਹਿੰਦਾ ਫੜ ਆਪਦਾ 100 ਰੁਪਈਆ ਮੈਂ ਚੱਲਿਆ। ਕਹਿੰਦਾ ਕੀ ਗੱਲ ਸੁਣਿਓ? ਸਾਰਸ ਰਾਏ ਜੋਰੀ ਕਹਿੰਦਾ ਉਹ ਕੀ ਗੱਲ, ਹੁਣ ਤਾਂ ਅਜੇ ਲੈ ਕੇ ਗਿਆ ਸੀ, ਪੈਸੇ ਪਸੰਦ ਨਹੀਂ ਆਏ, ਉਹ ਕਿਉਂ ਭਾਈ ਮੋੜਨ ਕਿਉਂ ਆ ਗਿਆ? ਕਹਿੰਦਾ ਗੱਲ ਸੁਣ, ਜੇ ਤਾਂ ਹੀਰਾ ਰੱਖਣਾ, ਕੀਮਤ ਲਾਉਣੀ ਹੈ, ਫੇਰ ਤਾਂ ਮੈਂ ਆਹ 100 ਰੁਪਈਆ ਲੈ ਜਾਂਦਾ, ਨਹੀਂ ਤਾਂ ਮੈਂ ਇਹ ਰੱਖ ਨਹੀਂ ਸਕਦਾ। ਕਹਿੰਦੇ ਕਿਉਂ? ਤੇਰੇ 100 ਰੁਪਈਏ ਪਿੱਛੇ, ਭਾਈ ਮਰਦਾਨਾ ਕਹਿੰਦਾ ਹੈ ਤੇਰੇ 100 ਰੁਪਈਏ ਪਿੱਛੇ ਉਹ ਮੇਰਾ ਬਾਬਾ ਨਾਨਕ ਰੁਸਣ ਲੱਗਿਆ ਸੀ, ਤੇਰੇ 100 ਰੁਪਈਏ ਪਿੱਛੇ ਮੈਂ ਗੁਰੂ ਨਾਨਕ ਨੂੰ ਨਹੀਂ ਦਸਾ ਸਕਦਾ। ਮੇਰੇ ਮਹਾਰਾਜ ਨੇ ਕਿਹਾ ਜਾਂ ਤਾਂ ਆ 100 ਰੁਪਈਆ ਰੱਖ ਲੈ, ਹੀਰਾ ਰੱਖ ਲੈ, ਤਾਂ ਤੇਰਾ 100 ਪ੍ਰਵਾਨ ਹੈ, ਨਹੀਂ ਆਪਦਾ 100 ਵੀ ਵਾਪਸ ਕਰ ਲੈ। ਸਾਲਸ ਰਾਏ ਜੋਰੀ ਪਤਾ ਕੀ ਕਹਿੰਦਾ ਹੈ? ਕਹਿੰਦਾ ਅੱਜ ਤੱਕ ਮੇਰੀ ਹਵੇਲੀ 'ਚ ਮੇਰੀ ਦੁਕਾਨ 'ਤੇ ਇੰਨੇ ਜੋਰੀ ਆਏ, ਇੰਨੇ ਜੋਗੀ, ਇੰਨੇ ਫਕੀਰ ਆਏ ਨੇ, ਕੋਈ ਐਸਾ ਫਕੀਰ ਨਹੀਂ ਆਇਆ ਜਿਹਨੇ ਮੇਰੀ ਦਿੱਤੀ ਮਾਇਆ ਵਾਪਸ ਕੀਤੀ। ਹੈ ਕੌਣ ਜਿਹੜਾ 100 ਰੁਪਈਆ ਨਾਲ ਐਡੀ ਵੱਡੀ ਰਕਮ, ਐਡਾ ਤਿਆਗ? ਮਰਦਾਨਿਆ ਚੱਲ ਮੈਨੂੰ ਵੀ ਦਰਸ਼ਨ ਕਰਾ ਮਹਾਰਾਜ ਦੇ।
ਸੁਣਿਓ, ਜਦੋਂ ਭਾਈ ਮਰਦਾਨੇ ਦੇ ਨਾਲ ਸਾਲਸਰਾਏ ਜੋਰੀ ਜਾਂਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦਾ, ਦਰਸ਼ਨ ਕਰਕੇ ਨਿਹਾਲ ਹੋ ਗਿਆ, ਐਸਾ ਆਨੰਦ ਬਣਿਆ, ਐਸੀ ਖੇਡ ਬਣ ਗਈ, ਐ ਲੱਗਦਾ ਹੈ ਜਿਵੇਂ ਨਿਰੰਕਾਰ ਆਪ ਸਾਹਮਣੇ ਬੈਠਾ ਤੇ ਇਹ ਰਜ ਰਜ ਦਰਸ਼ਨ ਕਰਦਾ। ਸਤਿਗੁਰੂ ਪਤਾ ਕੀ ਕਹਿੰਦੇ, ਕਹਿੰਦੇ ਤੇਰਾ ਨਾਮ ਜੋਰੀ? ਹਾਂ ਮਹਾਰਾਜ। ਮਹਾਰਾਜ ਕਹਿੰਦੇ ਕੱਚ ਪਰਖ ਨਾ ਜਾਣਦਾ, ਤੈਨੂੰ ਸੱਚ ਦੀ ਪਰਖ ਵੀ ਹੈ, ਸੱਚ ਪਰਖ ਲਈ ਨਾ ਕੀ, ਕੱਚ ਭੇਜਿਆ ਮਰਦਾਨੇ ਨੂੰ ਲੈ ਕੇ ਤੂੰ ਪਰਖ ਲਿਆ। ਕਹਿੰਦਾ ਮਹਾਰਾਜ ਕੱਚ ਪਰਖਣਾ ਸਾਡੇ ਵੱਡਿਆਂ ਵਡੇਰਿਆਂ ਨੇ ਸਿਖਾਇਆ ਸੀ, ਮੈਂ ਪਰਖ ਲੈਣਾ, ਮੈਨੂੰ ਸੱਚ ਦੀ ਪਛਾਣ ਤੁਸੀਂ ਕਰਾ ਦਿਓ। ਸਤਿਗੁਰਾਂ ਨੇ ਐਸਾ ਉਪਦੇਸ਼ ਦਿੱਤਾ, ਐਸਾ ਐਸੇ ਖਿੱਚ ਕੇ ਪ੍ਰੇਮ ਦੇ ਬਾਣ ਮਾਰੇ, ਸਾਲਸਰਾਏ ਜੋਰੀ ਸਤਿਗੁਰਾਂ ਦਾ ਹੋ ਗਿਆ, ਗਿਆਨ ਹੋ ਗਿਆ। ਸੁਣਿਓ ਹੁਣ, ਪਾਕ ਪਟਣ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਫਿਰ ਗਿਆ ਸੀ ਉਹਨੇ ਸਾਲਸਰਾਏ ਜੋਰੀ ਨੇ, ਉਹ ਕਹਿੰਦਾ ਮਹਾਰਾਜ ਜੀ ਇੱਕ ਬੇਨਤੀ ਕਰਨੀ ਤੁਹਾਡੇ ਚਰਨਾਂ 'ਚ। ਮਹਾਰਾਜ ਕਹਿੰਦੇ ਦੱਸ ਬਈ, ਕੀ ਬੇਨਤੀ ਤੇਰੀ? ਮਹਾਰਾਜ ਮੈਂ ਇੱਕ ਬੇਨਤੀ ਤੁਹਾਡੇ ਚਰਨਾਂ 'ਚ ਇਹ ਕਰਨੀ ਹੈ, ਤੁਸੀਂ ਆਏ ਹੋ ਤੇ ਮੇਰੇ ਗਰੀਬ ਦੀ ਕੁੱਲੀ ਨੂੰ ਭਾਗ ਲਾ ਲਓ, ਮੇਰੇ ਘਰ ਚੱਲੋ, ਮੇਰੀ ਹਵੇਲੀ 'ਚ ਭਾਗ ਲਾਓ, ਚਰਨ ਪਾਓ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਨਤੀ ਕਰਦਾ ਹੈ, ਸੁਣਿਓ। ਮਹਾਰਾਜ ਕਹਿੰਦੇ ਜੋਰੀਆ ਹੁਣ ਇੱਥੇ ਆਇਆ ਨੂੰ ਸਮਾਂ ਬੜਾ ਹੋ ਗਿਆ, ਹੁਣ ਨਹੀਂ ਆਉਂਦੇ ਅਸੀਂ, ਸੁਣਿਓ, ਹੁਣ ਨਹੀਂ ਅਸੀਂ ਆਉਂਦੇ, ਫੇਰ ਆਵਾਂਗਾ ਮੈਂ ਕਦੇ। ਗੁਰੂ ਨਾਨਕ ਸਾਹਿਬ ਕਹਿੰਦੇ, ਕਹਿੰਦੇ ਨਾ ਮਹਾਰਾਜ, ਫੇਰ ਤਾਂ ਫੇਰ ਹੀ ਰਹਿ ਜਾਣੀ, ਹੁਣ ਆਏ ਹੋ ਤੇ ਦਰਸ਼ਨ ਦੇ ਦਿਓ, ਚਰਨ ਪਾ ਜਾਓ। ਮਹਾਰਾਜ ਕਹਿੰਦੇ ਨਾ, ਹੁਣ ਜਾਣ ਦੇ, ਕਿੰਨੇ ਦਿਨਾਂ ਦੇ ਇੱਥੇ ਬੈਠੇ, ਇੱਕੋ ਥਾਂ ਤੇ ਗਾਂਹ ਲੰਘਾਂਗੇ, ਫੇਰ ਕਦੇ ਆਵਾਂਗੇ। ਸਾਲਸਰਾਏ ਜੋਰੀ ਆਏ ਹੱਥ ਜੋੜ ਕੇ ਕਹਿੰਦਾ, ਜਾਂਦੇ ਜਾਂਦੇ ਘੜੀ ਕੁ ਚਰਨੀ ਪਾ ਜਾਓ, ਇੰਨਾ ਮੈਨੂੰ ਪਿਆਰ ਦਿੱਤਾ ਹੈ, ਇੰਨਾ ਨਾਮ ਦਾ ਹੁਲਾਰਾ ਦਿੱਤਾ ਹੈ, ਇੱਕ ਵਾਰੀ ਜਾਂਦੇ ਜਾਂਦੇ ਲੰਘ ਜਾਓ ਮੇਰੇ ਘਰੋਂ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੇਰ ਆਵਾਂਗਾ, ਹੁਣ ਨਹੀਂ ਆਉਂਦਾ। ਸਾਲਸਰਾਏ ਜੋੜੀ ਹੱਥ ਜੋੜ ਕੇ ਬਹਿ ਗਿਆ, ਕਹਿੰਦਾ ਮਹਾਰਾਜ ਫੇਰ ਕਦੋਂ? ਸੱਚੇ ਪਾਤਸ਼ਾਹ ਕਹਿੰਦੇ, ਤੇਰਾ ਦਿਲ ਕਰਦਾ ਹੈ ਸਾਡੇ ਚਰਨ ਆਪਣੇ ਘਰ ਪਾਉਣ? ਕਹਿੰਦਾ ਹਾਂ ਮਹਾਰਾਜ। ਤੇਰਾ ਮਨ ਕਰਦਾ ਵੀ ਤੇਰੇ ਘਰ ਮੈਂ ਆਵਾਂ? ਹਾਂ ਮਹਾਰਾਜ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਗੱਲ ਸੁਣ ਸਾਲਸਰਾਏ ਜੋਰੀਆ, ਹੁਣ ਨਹੀਂ ਮੈਂ ਆਉਂਦਾ, ਹੁਣ ਮੈਨੂੰ ਜਾਣ ਦੇ, ਪਰ ਮੈਂ ਤੇਰੇ ਨਾਲ ਇਹ ਵਾਅਦਾ ਕਰਦਾ, ਤੇਰੇ ਨਾਲ ਬਚਨ ਕਰਦਾ, ਹੁਣ ਮੈਨੂੰ ਚਲਿਆ ਜਾਣ ਦੇ, ਹੁਣ ਨਹੀਂ ਆਉਂਦਾ, ਪਰ ਇਹ ਬਚਨ ਯਾਦ ਰੱਖੀ, ਦਸਵੇਂ ਜਾਮੇ 'ਚ ਮੈਂ ਜਨਮ ਤੇਰੀ ਹਵੇਲੀ 'ਚ ਲਵਾਂਗਾ। ਇਹ ਬਚਨ ਦਸਵੇਂ ਜਾਮੇ 'ਚ ਆਵਾਂਗਾ, ਤੇਰੀ ਹਵੇਲੀ 'ਚ ਜਨਮ ਲਵਾਂਗਾ, ਹੁਣ ਨਹੀਂ ਆਉਣਾ। ਮਹਾਰਾਜ ਆਓਗੇ? ਆਵਾਂਗੇ। ਸੁਣਿਓ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਇਹੀ ਜੋਤ ਫਿਰ ਗੁਰੂ ਅੰਗਦ ਸਾਹਿਬ ਮਹਾਰਾਜ 'ਚ ਹੁੰਦੀ ਹੋਈ, ਗੁਰੂ ਅਮਰਦਾਸ ਮਹਾਰਾਜ 'ਚ ਹੁੰਦੀ ਹੋਈ, ਗੁਰੂ ਰਾਮਦਾਸ ਮਹਾਰਾਜ 'ਚ ਹੁੰਦੀ ਹੋਈ, 10 ਪਾਤਸ਼ਾਹੀਆਂ ਜਦੋਂ ਆਈਆਂ, 9ਵੇਂ ਪਾਤਸ਼ਾਹ ਦੀ ਵਾਰੀ ਆਈ, ਫਿਰ ਕਿੱਥੇ ਪੰਜਾਬ ਦੀ ਧਰਤੀ ਆਨੰਦਪੁਰ ਸਾਹਿਬ ਤੇ ਕਿੱਥੇ ਪਟਨਾ ਸਾਹਿਬ ਦੀ ਧਰਤੀ। ਪਟਨਾ ਸਾਹਿਬ, ਸਾਧ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਾਂ ਗੁਜਰ ਕੌਰ ਜੀ ਨੂੰ ਫਿਰ ਲੈ ਕੇ ਗਏ ਪਟਨੇ ਦੀ ਧਰਤੀ, ਤੇ ਰਾਤੀ ਆਪਾਂ ਕਰੀ ਸੀ ਵਿਚਾਰ, ਪਟਿਆਲੇ ਦੇ ਲਾਗੇ ਕੜਾਮ ਪਿੰਡ ਸੀ, ਉੱਥੋਂ ਭੀਖਣ ਸ਼ਾਹ ਫੱਕਰ ਗਿਆ, ਦੁਨੀਆਂ ਦੇ ਲੋਕ ਗਏ, ਮਾਂ ਗੁਜਰੀ ਦੇ ਪੁੱਤ ਨੂੰ 32 ਸਾਲਾਂ ਬਾਅਦ ਲੋਕਾਂ ਵੇਖਣਾ ਹੈ, ਤੇ ਸਰ ਸੰਗਤ ਜੀ ਐਸਾ ਪ੍ਰੇਮ, ਐਸੀਆਂ ਵਧਾਈਆਂ ਮਾਤਾ ਗੁਜਰ ਕੌਰ ਨੂੰ ਦਿੱਤੀਆਂ। ਬੋਲਿਓ ਪ੍ਰੇਮ ਨਾਲ, ਫਿਰ ਕਰੀਏ ਸਮਾਪਤੀ ਆਪਾਂ। ਉਹ ਅੱਜ ਮਾਤਾ ਗੁਜਰੀ ਨੂੰ
ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਪਛਾਣ ਲੈਂਦਾ ਜਿਹਨੇ ਪ੍ਰੇਮ ਪਿਆਲਾ ਪੀਤਾ, ਰਮਜ ਪਛਾਣ ਜਿਹਨੇ ਪ੍ਰੇਮ ਪਿਆਲਾ ਪੀਤਾ, ਉਹ ਰਮਜ ਪਛਾਣ ਭੀਖਣ ਸ਼ਾਹ ਫੱਕਰ ਨੇ, ਭੀਖਣ ਸ਼ਾਹ ਫੱਕਰ ਨੇ ਸਿਜਦਾ ਪੂਰਬ ਦੇ ਵੱਲ ਕੀਤਾ, ਸ਼ਾਹ ਫੱਕਰ ਨੇ ਪੂਰਬ ਦੇ ਵੱਲ ਕੀਤਾ, ਭੀਖਣ ਸ਼ਾਹ ਫੱਕਰ ਨੇ ਸਿਜਦਾ ਪੂਰਬ ਦੇ ਵੱਲ ਕੀਤਾ, ਚੇਲੇ ਕਹਿੰਦੇ ਸਾਈਂ ਜੀ, ਚੇਲੇ ਕਹਿੰਦੇ ਸਾਈਂ ਜੀ ਇਹ ਕੀ ਪੁੱਠੀਆਂ ਗੱਲਾਂ ਚਲਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਅੱਜ ਮਾਤਾ ਗੁਜਰੀ ਨੂੰ ਸੰਗਤਾਂ ਦੇਣ ਵਧਾਈਆਂ, ਮੇਰੇ ਵਾਜਾਂ ਸ਼ਹਿਨ ਸ਼ਾਹ ਤੂੰ ਜੋਤ ਅਗੰਮੀ, ਤੂੰ ਛੱਤ ਧਰਮ ਦੀ ਰੱਖ ਲਈ ਤੇ ਸਿਰਾਂ ਦੀ ਥੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬੜੀ ਹੀ ਲੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਏ ਮਾਂ ਅਜੇ ਨਾ ਜੰਮੀ, ਉਹ ਮਾਂ ਨੀ ਅਜੇ ਜੰਮੀ। ਧੰਨ ਮਾਂ ਗੁਜਰ ਕੌਰ, 32 ਸਾਲਾਂ ਦੀ ਭਗਤੀ ਨੂੰ ਭਾਗ ਲੱਗੇ, ਫੇਰ ਗੋਬਿੰਦ ਰਾਏ ਜੀ ਆਏ ਸਤਸੰਗ ਜੀ ਪਟਨੇ ਦੀ ਧਰਤੀ, ਕਹਿੰਦੇ ਸਤਿਗੁਰੂ ਕਲਗੀਆਂ ਵਾਲੇ ਆਏ ਨੇ ਤੇ ਪਟਨੇ ਦੀਆਂ ਗਲੀਆਂ ਵੀ ਰੌਣਕਾਂ 'ਚ ਸੁਸ਼ਨਾ ਗਈਆਂ।